ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 8ਵਾਂ বীজ ਗਣਿਤਿਕ ਵਿਅੰਜਕ ਅਤੇ ਤਤਸਮਕ ਅਭਿਆਸ ਨੰਬਰ 8.1 ਤੇ ਇਸ ਅਭਿਆਸ ਦਾ 8ਵਾਂ ਸਵਾਲ ਜ্যাਦਿਕੀ 6 ਭਾਗ ਹਨ ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਸੋ ਬਚਾਏ ਸਵਾਲ ਲਗਾਏ ਕਿਸ ਹੁੰਦਾ ਕਹਿ ਸਕਦੇ ਆ ਕਿ ਜਿਹੜਾ 6ਵਾਂ ਹੋਰ 7ਵਾਂ ਸਵਾਲ ਅਸੀਂ ਪਿਛਲੇ ਵੀਡੀਓਜ਼ ਵਿੱਚ ਕੀਤਾ ਹੈ ਇਹ ਉਹਨਾਂ ਦਾ ਗਠ ਜੋੜ ਹੈ ਉਹਨਾਂ ਦਾ ਸੁਮੇਲ ਹੈਗਾ 6ਵੇਂ ਸਵਾਲ 'ਚ ਅਸੀਂ ਕੀਤਾ ਸੀ ਦੋ ਵਿਅੰਜਕਾਂ ਨੂੰ ਜੋੜਨਾ 7ਵੇਂ ਸਵਾਲ ਵਿੱਚ ਅਸੀਂ ਕੀਤਾ ਸੀਗਾ ਇੱਕ ਵਿਅੰਜਕ ਨੂੰ ਦੂਜੇ ਵਿਅੰਜਕ ਨੂੰ ਦੂਜੇ ਵਿਅੰਜਕ ਵਿੱਚੋਂ ਘਟਾਉਣਾ ਤੇ ਇਹਦੇ ਵਿੱਚ ਹੈਗਾ ਤਿੰਨ ਵਿਅੰਜਕ ਦਿੱਤੇ ਨੇ ਦੋ ਵਿਅੰਜਕਾਂ ਨੂੰ ਜੋੜਨਾ ਹੈ ਤੇ ਜੋੜ ਵਿੱਚੋਂ ਤੀਜੇ ਨੂੰ ਘਟਾਉਣਾ ਸੋ ਦੋਨਾਂ ਦਾ ਸੁਮੇਲ ਆ ਗਿਆ ਇਹ ਦੇਖੋ ھیਠਾਂ ਲਿਖੇ ਵਿਅੰਜਕਾਂ ਵਿੱਚ ਪਹਿਲੇ ਦੋ ਵਿਅੰਜਕਾਂ ਦੇ ਜੋੜ ਵਿੱਚੋਂ ਤੀਸਰੇ ਵਿਅੰਜਕ ਨੂੰ ਘਟਾਓ ਸੋ ਤਿੰਨ-ਤਿੰਨ ਵਿਅੰਜਕ ਦਿੱਤੇ ਨੇ ਤਿਕਣੀ ਦਿੱਤੀ ਹੈ ਪਹਿਲੇ ਦੋ ਨੂੰ ਜੋੜਨਾ ਹੈ ਤੇ ਤੀਜੇ ਨੂੰ ਜੋੜ ਵਿੱਚੋਂ ਘਟਾਉਣਾ ਹੈ ਸੋ ਇੱਕ-ਇੱਕ ਕਰਕੇ ਦੇਖਦੇ ਹਾਂ ਕਿੱਦਾਂ ਕਰਨਾ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਦੱਸਦਾ ਇਸੇ ਚੈਨਲ ਤੇ 8ਵੀਂ ਜਮਾਤ ਦੀਆਂ ਹੋਰ ਪਲੇਲਿਸਟਾਂ ਵੀ ਹਨ ਉਹਨਾਂ ਵੀ ਫਰੋਲ ਕੇ ਜਰੂਰ ਦੇਖੋ ਤੁਸੀਂ 8th math notes ਹੈਗੀ ਇਹ 8th science ਵੀ 8th english 8th grammar ਇਹ ਕਈ ਗਣਿਤੀ ਦੇ ਸਿਧਾਂਤ ਤੇ ਕਹੀਏ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਉਹਨਾਂ ਪਲੇਲਿਸਟਾਂ ਨੂੰ ਵੀ ਜ਼ਰੂਰ ਖੋਲ ਕੇ ਦੇਖੋ ਤੁਹਾਡੇ ਲੋੜਿੰਦੇ ਜਿਹੜੇ ਵਿਸ਼ੇ ਨੇ ਸਾਇੰਸ ਦੇ ਮੈਥ ਦੇ ਤੇ ਹੋਰ ਜਿਹੜੀਆਂ ਇੰਗਲਿਸ਼ ਦੇ ਉਹ ਵੀ ਤੁਹਾਡੀਆਂ ਲੋੜਾਂ ਉੱਥੇ ਪੂਰੀਆਂ ਹੋ ਜਾਣਗੀਆਂ ਠੀਕ ਹੈ ਸੋ ਆ ਦੇਖਿਓ ਜੇ ਪਹਿਲਾ ਹੈਗਾ ਇਹ ਦੋ ਤਿੰਨ ਵੰਜਕ ਦਿੱਤੇ ਨੇ ਪਹਿਲੇ ਵਾਲੇ ਸੁਣਨਗੇ ਪਹਿਲੇ ਦੋ ਨੂੰ ਜੋੜਨਾ ਹੈ ਸੋ ਦੇਖੋ ਪਹਿਲਾ ਇੱਕ ਇਹ ਵਾਲਾ ਤੇ ਦੂਜਾ ਇੱਥੇ ਜੋੜ ਦਾ ਨਿਸ਼ਾਨ ਪਾਤਾ ਤੇ ਤੀਜੇ ਨੂੰ ਘਟਾਉਣਾ ਹੈ ਤੇ ਇੱਥੇ ਘਟਾ ਪਾ ਕੇ ਇਹ ਇੱਥੇ ਬ੍ਰੈਕਟ ਵਿੱਚ ਪੂਰਾ ਕਿਉਂਕਿ ਇਹ ਘਟਾ ਤੋਂ ਸ਼ੁਰੂ ਹੋ ਰਿਹਾ ਹੈ ਦੇਖੋ ਘਟਾ 2 2b c ਜਮਾ 3b ਇਦਾਂ ਕਰਕੇ ਲਿਖ ਦਿੱਤਾ ਬਸ ਹੁਣ ਜਿਹੜੇ ਬੱਚੇ ਆਇਆ ਕੰਮ ਹੋ ਗਿਆ ਤੇ ਐ ਸਾਡਾ ਕੀ ਬਣ ਗਿਆ ਐਸ ਸਵਾਲ ਸਾਡਾ ਬਣ ਗਿਆ 6ਵਾਂ ਸਵਾਲ ਜਿਹੜਾ ਸੀ ਕਿ ਤੇ ਦੋਵੇਂ ਅੰਜਕਾਂ ਨੂੰ ਜੋੜਨਾ ਤੇ ਜਿਹੜੇ ਇਹ ਜੋੜ ਇੱਕ ਚ ਇਹ ਜਿਹੜੇ ਜੋੜਾਂਗੇ ਤੇ ਇੱਕ ਸਾਂਝਾ ਵਿਅੰਜਕ ਬਣ ਜਾਏਗਾ ਤੇ ਫਿਰ ਇਹ ਹੋ ਜਾਏਗਾ ਸਾਡਾ 7ਵਾਂ ਸਵਾਲ ਜਿਹੜਾ ਸੀ ਵਿਅੰਜਕ ਚੋਂ ਵਿਅੰਜਕ ਘਟਾਇਆ ਸੋ ਅਸੀਂ ਪਹਿਲੇ ਬੱਚੇ ਇਹਨੂੰ ਨਜਿੱਠਾਂਗੇ ਠੀਕ ਹੈ ਤੇ ਬਾਅਦ ਚੋਂ ਇਹਨੂੰ ਨਜਿੱਠਾਂਗੇ ਵੈਸੇ ਤਿੰਨਾਂ ਨੂੰ ਇਕੱਠੇ ਵੀ ਕੀਤਾ ਜਾ ਸਕਦਾ ਹੈ ਪਰ ਉਹ ਮੈਂ ਤਾਂ ਨਹੀਂ ਕਰ ਰਿਹਾ ਕਿਉਂਕਿ ਇਦਾਂ ਤੁਹਾਨੂੰ ਕੋ ਗਲਤੀ ਹੋ ਸਕਦੀ ਹੈ ਜਦੋਂ ਤੁਹਾਡਾ ਅਭਿਆਸ ਪੱਕਾ ਹੋ ਜਾਏਗਾ ਫਿਰ ਅਸੀਂ ਤਿੰਨਾਂ ਨੂੰ ਨਾਲ ਦੇ ਨਾਲ ਵੀ ਕਰ ਸਕਦੇ ਹਾਂ ਪਰ ਪਹਿਲੇ ਅਸੀਂ ਇਹ ਦੋਨਾਂ ਨੂੰ ਨਿਝਠਾਂਗੇ ਦੇਖੋ ਜਮਾ ਦਾ ਨਿਸ਼ਾਨ ਹੈ ਐਸਾ ਡਾਈ ਕਿਸਮ ਦਾ ਵੱਖਰਾ ਸਵਾਲ ਹੋ ਗਿਆ ਜਿਹੜਾ 6ਵਾਂ ਸਵਾਲ ਕੀਤਾ ਸੀ ਸੋ ਇਦਾਂ ਖੋਲ ਕੇ ਇਹ ਬ੍ਰੈਕਟ ਖੋਲਤਾ ਕਿਉਂਕਿ ਇੱਥੇ ਜਮਾ ਦਾ ਨਿਸ਼ਾਨ ਹੈ ਇੱਥੇ ਚਿੰਨਾ ਵਿੱਚ ਕੋਈ ਫਰਕ ਨਹੀਂ ਪਏਗਾ ਤੇ ਇਹਨੂੰ ਅਸੀਂ ਇਦੇ ਲਿਖ ਦਾਂਗੇ ਇਹ ਵਾਲਾ ਠੀਕ ਹੈ ਹੁਣ ਦੇਖੋ 2ab ਦੇ ਨਾਲ ab ਸਾਂਝਾ ਕਰ ਲਿਆ ਠੀਕ ਹੈ BC ਦਾ ਲਿਖਿਆ ਤੇ BC ਦੇ ਨਾਲ ਇਹ ਘਟਾ 2 BC ਇਹਦੇ ਨਾਲ ਲਿਖਿਆ ਸਮਾਨੁਪਦ ਇਕੱਠੇ ਕਰ ਲਏ ਘਟਾ CD ਹੈਗਾ ਤੇ CD ਨਾਲ ਕੋਈ ਸਾਥੀ ਨਹੀਂ ਹੈਗਾ ਤੇ ਜਮਾ ABC ਇਹਦੇ ਨਾਲ ਕੋਈ ਸਾਥੀ ਨਹੀਂ ਹੈਗਾ ਸੋ 2AB ਜਮਾ ABC ਤੇਨੇ ਵੀ ਤੇਨੇ ਵੀ ਹੋ ਗਿਆ BC ਚੋਂ 2 BC ਹੈਗਾ 1 ਚੋਂ 2 ਹੋ ਗਿਆ ਘਟਾ 1 ਹੋ ਜਾਂਦਾ ਸੋ ਘਟਾ BC ਹੋ ਗਿਆ ਘਟਾ CD ਤੇ ਜਮਾ ABC ਤੇ ਨਾਲ ਦੇ ਨਾਲ ਇਹ ਬ੍ਰੈਕਟ ਖੋਲ ਦਿੱਤਾ ਐਵਲਾ ਇਹ ਜਿਹੜੇ ਇਹਨਾਂ ਨੂੰ ਜੋੜਿਆ ਬ੍ਰੈਕਟ ਖੋਲਿਆ ਜਿਹੜੇ ਬ੍ਰੈਕਟ ਖੋਲਣਾ ਬਚੋ ਕੀ ਹੋ ਗਿਆ ਇਹ ਘਟਾ ਦੇ ਨਿਸ਼ਾਨ ਕਰਕੇ ਅੰਦਰਲੇ ਜਿਹੜੇ ਪਦ ਨੇ ਸਾਰੇ ਨਿਚੇ ਨੂੰ ਬਦਲ ਗਿਆ। ਇਹ ਘਟਾ 2 ਘਟਾ 2 BC ਜਿਹੜਾ ਬਣ ਗਿਆ ਜਮਾ 2 BC ਬਣ ਗਿਆ ਤੇ ਜਮਾ 3AB ਜਿਹੜਾ ਘਟਾ 3AB ਬਣ ਗਿਆ। ਹੁਣ ਬੱਚਿਓ ਇਹ ਦੇਖੋ ਇਹ ਕਹਿ ਬਣ ਗਿਆ ਸੀ ਸਾਡਾ ਤੇ ਕਹਿ ਬਣ ਗਿਆ। ਹੁਣ ਫਿਰ ਅਸੀਂ ਪਤਾ ਨੂੰ ਸਮਾਨ ਪਦਾਂ ਨੂੰ ਇਕੱਠੇ ਕਰਾਂਗੇ। 3AB ਦੇ ਨਾਲ ਇਹਦੇ ਕੋ ਘਟਾ 3AB। ਸੋ ਘਟਾ 3AB ਇੱਥੇ ਲਿਖ ਦਿੱਤਾ। ਘਟਾ BC ਐ ਲਿਖਿਆ ਤੇ BC ਸਾਡੇ ਕੋਲ ਜਮਾ 2BC ਆ ਗਿਆ। ਜਮਾ 2BC ਇੱਥੇ ਲਿਖ ਦਿੱਤਾ। ਫਿਰ ਘਟਾ CD ਲਿਖਿਆ। ਜੋ ਕੱਲਾ ਹੈ ਤੇ ਜਮਾ ABC ਉਹ ਵੀ ਕੱਲਾ ਹੈ। ਤਿੰਨ ਚੋਂ ਤਿੰਨ ਗਿਆ 0 ਅਰਥਾਤ ਇਹ ਪਦ ਤੇ ਇਹ ਪਦ ਕੱਟ ਗਏ। ਕੁਝ ਨਹੀਂ ਬਚਿਆ AB ਦਾ ਕੋਈ ਸਾਡੇ ਕੋਲ ਪਦ ਨਹੀਂ ਹੈਗਾ। ਸੋ 2 ਚੋਂ 1 ਗਿਆ ਇਹ ਘਟਾ 1 ਹੈਗਾ ਐ ਜਮਾ 2 ਹੈ 2 ਚ ਗਿਆ 1। ਸੋ 1 BC ਆ ਗਿਆ ਜਿਹਨੂੰ ਕੱਲਾ BC ਲਿਖਾਂਗੇ CD ਤੇ ਜਮਾ ABC। ਸੋ ਇਹਨੂੰ ਮੈਂ ਇਦਾਂ ਵੀ ਲਿਖ ਸਕਦਾ ਰੀਅਰੇਂਜ ਕਰਕੇ ABC ਜਮਾ BC CD ਭਾਵੇਂ ਇਦਾਂ ਲਿਖ ਦਿਓ ਭਾਵੇਂ ਇਦਾਂ ਲਿਖ ਦਿਓ ਕੋਈ ਫਰਕ ਨਹੀਂ ਪੈਂਦਾ। ਇਹ ਜਵਾਬ ਵੀ ਠੀਕ ਹੈ ਇਹ ਜਵਾਬ ਵੀ ਠੀਕ ਹੈ ਅਗਲਾ ਦੇਖੀਏ ਅਗਲਾ ਭਾਗ ਸਾਡਾ ਇਹ ਸਵਾਲ ਹੈ ਬੱਚਿਓ ਸੋ ਪਹਿਲੇ ਦੋ ਪਦਾਂ ਨੂੰ ਇਹ ਪਹਿਲੇ ਦੋ ਵਿਅੰਜਕਾਂ ਨੂੰ ਜੋੜਨਾ ਹੈ ਕਟਾ ਦਾ ਨਿਸ਼ਾਨ ਪਾ ਕੇ ਤੀਜੇ ਜਿਹੜਾ ਇਹ ਵਿਅੰਜਕ ਨੂੰ ਘਟਾਉਣਾ ਹੈ ਸੋ ਪਹਿਲੇ ਇਹਨੂੰ ਨਜਿਠ ਰਹਿਣੇ ਆ ਸੁਝਲੇ ਇਹ ਖੋਲਿਆ ਤੇ ਇਹ ਸਾਰਾ ਇਦਾਂ ਸਾਡਾ ਨਾਰਮਲ ਹੋ ਗਿਆ ਕੋਈ ਫਰਕ ਨਹੀਂ ਪਿਆ ਜਮਾ ਦਾ ਨਿਸ਼ਾਨ ਹੈ ਤੇ ਇਦਾਂ ਅਜਿਹੀ ਲਿਖ ਲਿਆ ਕੱਲੇ ਬ੍ਰੈਕਟ ਖੋਲ ਕੇ 2x ਦੇ ਨਾਲ ਇਹਵਲਾ ਐਕਸ ਲਿਖਿਆ 3y ਦੇ ਨਾਲ /y ਇਹਵਲਾ ਲਿਖਿਆ ਸਮਾਨਵਰਤ ਇਕੱਠੇ ਕਰ ਲਏ /2z ਦੇ ਨਾਲ ਕੋਈ ਹੈ ਹੀ ਨਹੀਂ ਤੇ ਜਮਾ 3xyz ਇਹ ਵੀ ਇਕੱਲਾ ਹੀ ਹੈਗਾ ਤੇ ਇੱਥੇ ਕਟਾਵਾਤਾ ਠੀਕ ਹੈ ਹੁਣ ਬੱਚਿਓ 2 1 3 3x ਹੋ ਗਿਆ 3 ਚੋਂ 1 ਗਿਆ 2 ਜਮਾ 2y ਹੋ ਗਿਆ ਫਿਰ /2z ਤੇ ਜਮਾ 3xyz ਹੁਣ ਜਿੱਲੇ ਕਟਾ ਦਾ ਨਿਸ਼ਾਨ ਕਰਕੇ ਖੋਲਿਆ ਤੇ ਅੰਦਰ ਦੇ ਸਾਰੇ ਚਿੰਨ ਜਿਹੜੇ ਸੀ ਬਦਲ ਗਏ ਸੋ ਇਹ ਜਮਾ 4x /4x ਹੋ ਗਿਆ ਜਮਾ 3y /3y ਹੋ ਗਿਆ ਕਟਾ 4z ਜਮਾ 4z ਹੋ ਗਿਆ ਤੇ ਜਮਾ 7xyz ਕਟਾ 7xyz ਹੋ ਗਿਆ ਹੁਣ ਫਿਰ ਬੱਚਿਓ ਅਸੀਂ ਸਮਾਨ ਪਦਾਂ ਨੂੰ ਇਕੱਠਾ ਕੀਤਾ ਸੋ 3x ਦੇ ਨਾਲ ਮੈਂ ਕਟਾ 4x ਲਿਖ ਲਿਆ ਐਵਡਾ 2y ਦੇ ਨਾਲ ਮੈਂ ਇਹ ਕਟਾ 3y ਲਿਖ ਲਿਆ ਤੇ ਕਟਾ 2z ਦੇ ਨਾਲ ਮੈਂ ਇਹ 4z ਲਿਖ ਲਿਆ ਤੇ ਫਿਰ ਜਮਾ 3xyz ਦੇ ਨਾਲ ਮੈਂ ਕਟਾ 7xyz ਲਿਖ ਲਿਆ ਠੀਕ ਹੈ ਜੀ ਸਾਰਿਆਂ ਦੇ ਜੋੜੇ ਬਣ ਗਏ ਸਾਰਿਆਂ ਦੇ ਸਾਥੀ ਬਣ ਗਏ ਹੁਣ ਆਹ ਦੇਖੋ 3 ਚੋਂ 1 ਗਿਆ ਤੇ 3 ਚੋਂ 4 ਗਿਆ 1 3 ਚੋਂ 4 ਗਿਆ 1 ਤੇ ਇਹ ਬਣ ਗਿਆ x 2 ਚੋਂ 3 ਗਿਆ 1 ਇਹ ਬਣ ਗਿਆ y ਠੀਕ ਹੈ ਇਹ 2 ਇਹ ਜਮਾ 4 ਹੈ ਸੋ 4 ਚੋਂ 2 ਹੋ ਗਿਆ 2 ਸੋ ਜਮਾ 2 z ਤੇ 3 ਚੋਂ 7 ਗਿਆ 4 ਸੋ 4 x y z ਸੋ ਇਹ ਸਾਡਾ ਆ ਗਿਆ ਜਵਾਬ ਅੱਗੇ ਦੇਖੀਏ ਹੁਣ ਹੈ ਬੱਚੋ ਹੈਗੇ ਨੇ ਇੱਕ ਵਿਅੰਜਕ ਹੈ ਇੱਕ ਹੈਵਲਾ ਤੇ ਇੱਕ ਹੈਵਲਾ ਸੋ ਪਹਿਲੇ ਦੋ ਵਿਅੰਜਕਾਂ ਨੂੰ ਜੋੜਨਾ ਹੈ ਇਹ ਜੋੜ ਪਾਤਾ ਜੋੜ ਦਾ ਨਿਸ਼ਾਨ ਤੇ ਘਟਾ ਦਾ ਨਿਸ਼ਾਨ ਪਾਤਾ ਤੇ ਇੱਥੇ ਇਹ ਵਿਅੰਜਕ ਲਿਖ ਦਿੱਤਾ ਠੀਕ ਹੈ ਜੀ ਬ੍ਰੈਕਟ ਪਾ ਕੇ ਹੁਣ ਇਹਨਾਂ ਨੂੰ ਖੋਲਿਆ ਜਿਹੜੇ ਬ੍ਰੈਕਟ ਖੋਲਿਆ ਇਦਾਂ ਪੂਰਾ ਖੋਲ ਲਿਆ ਤਾਂ 0.2x ਤੇ ਹੁਣ ਤੈਨੂੰ ਇਹਦਾ ਕਰਕੇ ਲਿਖ ਲਿਆ ਤੇ 0.2x ਦੇ ਨਾਲ 0.8x ਲਿਖ ਦਿੱਤਾ ਸਮਾਨ ਪਦ ਇਕੱਠੇ ਕਰ ਲੈ 0.3y ਦੇ ਨਾਲ 0.7y ਲਿਖ ਲਿਆ ਤੇ 0.4xy ਕੱਲਾ ਕੱਲਾ ਹੈਗਾ ਠੀਕ ਹੈ ਫਿਰ ਘਟਾ ਇਹ ਬ੍ਰੈਕਟ ਪਾ ਕੇ ਇਦਾਂ ਇਦਾਂ ਲਿਖ ਦਿੱਤਾ ਹੁਣ ਇਹਨਾਂ ਨੂੰ ਜੋੜਾਂਗੇ ਵੀ ਜਿੱਥੇ ਜੁੜਦਾ ਹੈ ਤੇ ਇਹ ਵੀ ਖੋਲ ਲਵਾਂਗੇ ਸੋ 0.2 ਤੇ 0.8 ਕਿੰਨਾ ਹੁੰਦਾ 1.0 ਸੋ 1.0 x ਹੋ ਗਿਆ 0.10 0.7 ਫਿਰ 1.0 ਆ ਗਿਆ ਤੇ 1.0 y ਆ ਗਿਆ ਤੇ ਜਮਾ 0.4 xy ਤੇ ਇੱਥੇ ਘਟਾ ਜਿਲੇ ਬ੍ਰੈਕਟ ਖੋਲ ਲਿਆ ਸਾਰਿਆਂ ਦੇ ਚਿੰਨ ਬਦਲ ਗਏ ਸੋ ਇਹ ਘਟਾ x ਹੋ ਗਿਆ ਇਹ ਘਟਾ y ਹੋ ਗਿਆ ਤੇ ਇਹ ਘਟਾ ਤੇ ਜਮਾ 0.6 xy ਹੋ ਗਿਆ ਹੁਣ ਫਿਰ ਇਹਨਾਂ ਨੂੰ ਇਕੱਠੇ ਕੀਤਾ ਇਹ 1.0 x ਨੂੰ ਲਈ 1x ਮਤਲਬ ਕਿ so, eh eh yup so, x ਹੀ ਹੈਗਾ ਐ ਸਾਨੂੰ 1.0 ਲਿਖਣ ਦੀ ਲੋੜ ਨਹੀਂ 1.0 1 ਦੇ ਬਰਾਬਰ ਹੁੰਦਾ ਹੈ ਤੇ 1 ਗੁਣਾਕ ਕਦੀ ਵੀ ਲਿਖਿਆ ਨਹੀਂ ਜਾਂਦਾ ਸੋ ਇੱਥੇ x ਇਹਦੇ ਨਾਲ ਘਟਾ x ਐ ਵਾਂ ਲਿਖ ਦਿੱਤਾ ਐ ਵੀ ਇੱਕ ਵਾਈ ਹੈਗਾ ਸੋ ਜਮਾ y ਤੇ ਘਟਾ y ਐ ਇੱਥੇ ਲਿਖ ਦਿੱਤਾ ਜੀ 0.4xy ਤੇ ਜਮਾ 0.6xy x ਦੇ ਨਾਲ x ਕੱਟ ਗਿਆ ਬੜੀ x ਚੋਂ 1 ਚੋਂ 1 ਗਿਆ 0 ਇੱਥੇ ਵੀ 1 ਚੋਂ 1 ਗਿਆ 0 y ਦੇ ਨਾਲ ਘਟਾ y ਕੱਟ ਗਿਆ ਸੋ ਇਹ ਸਾਰੇ ਤੇ ਸਫਰ ਹੋ ਗਿਆ ਤੇ ਸਾਡਕੋ ਕੀ ਬਚਿਆ 0.4xy ਤੇ ਜਮਾ 0.6xy 0.4 ਤੇ 0.6 ਐ ਕਿੰਨਾ ਹੁੰਦਾ ਇਹ ਵੀ 1 ਹੁੰਦਾ ਹੈ 1.0 ਸੋ ਇਹਨੂੰ ਲਿਖਿਆ 1.0xy ਸੋ 1.0 ਕਿਹਦੇ ਬਰਾਬਰ ਹੁੰਦਾ ਬੱਚੋ 1 ਦੇ ਬਰਾਬਰ ਹੀ ਹੁੰਦਾ ਤੇ 1 ਦਾ ਗੁਣਾ ਵੀ ਲਿਖਿਆ ਨਹੀਂ ਜਾਂਦਾ ਸੋ 1.0xy ਬਰਾਬਰ ਹੋ ਗਿਆ xy ਐ ਸਾਡਾ ਆ ਗਿਆ ਜਵਾਬ ਬੜਾ ਹੀ ਵਧੀਆ ਸਵਾਲ ਸੀ ਅੱਗੇ ਦੇਖੀਏ ਭਾਗ ਚੌਥਾ ਫਿਰ ਆ ਬੱਚੋ ਤਿੰਨ ਵਿਅੰਜਕ ਨੇ ਸੋ ਪਹਿਲੇ ਦੋ ਵਿਅੰਜਕਾਂ ਨੂੰ ਇਹ ਜੋੜਨਾ ਹੈ ਤੇ ਤੀਜੇ ਵਿਅੰਜਕ ਨੂੰ ਜੋੜ ਚੋਂ ਘਟਾਉਣਾ ਹੈ ਠੀਕ ਹੈ ਸੋ ਪਹਿਲੇ ਇਹ ਦੋਨਾਂ ਨੂੰ ਦੇਖੀਏ ਬ੍ਰੈਕਟ ਖੋਲਤੇ ਇਦਾਂ ਲਿਖ ਦਿੱਤੇ ਸੋ 7xy ਦੇ ਨਾਲ ਇਹ 7xy ਇਕੱਲਾ ਹੀ ਹੈਗਾ ਤੈਨੂੰ ਇਕੱਲਾ ਹੀ ਰਹਿਣ ਦੇਣੇ ਆ 3x ਦੇ ਨਾਲ ਇਹੋਲਾ x ਲਾਤਾ 2y ਦੇ ਨਾਲ ਜਮਾ y ਇਹੋਲਾ ਲਾਤਾ ਘਟਾ 3z ਦੇ ਨਾਲ ਜਮਾ 2z ਲਾਤਾ ਸਮਾਨ ਪਦ ਇਕੱਠੇ-ਇਕੱਠੇ ਕਰ ਦਿੱਤੇ ਤੈਨੂੰ ਇੱਧੇ ਰੱਖ ਦਿੱਤਾ ਹੁਣ ਬੱਚੋ 7xy ਤੇ ਇੱਦੀ ਰਹੇਗਾ 3 ਜਮਾ 1 4 ਸੋ 4x ਹੋ ਗਿਆ 2 ਜਮਾ 1 3 ਸੋ 3y ਹੋ ਗਿਆ 2 ਜੋ 3 ਗਿਆ 1 ਭਾਗ z ਆ ਗਿਆ ਠੀਕ ਹੈ ਸੋ ਅਜਿਹਾ ਇੱਕ ਬ੍ਰੈਕਟ ਖੋਲਿਆ ਇਹ 4xy ਹੋ ਗਿਆ ਇਹ 4 ਦਾ ਨਿਸ਼ਾਨ ਜਮਾ x ਹੋ ਗਿਆ ਇਹ 4 ਦਾ ਨਿਸ਼ਾਨ ਜਮਾ ਹੋ ਕੇ ਜਮਾ y ਹੋ ਗਿਆ ਇਹ ਜਮਾ ਦਾ ਨਿਸ਼ਾਨ ਕਟਾ ਹੋ ਜਾਏਗਾ 4z ਹੋ ਗਿਆ ਫੇਰ ਸਮਾਨ ਪਦਾਂ ਨੂੰ ਇਕੱਠਾ ਕੀਤਾ 7xy ਦੇ ਨਾਲ ਮੈਂ ਇਹ 4xy ਲਿਖ ਦਿੱਤਾ ਇੱਥੇ ਨਾਲ ਇਹ ਜੋੜ ਕੇ 4x ਦੇ ਨਾਲ ਮੈਂ ਜਮਾ x ਲਿਖ ਦਿੱਤਾ ਇਹ ਵਾਲਾ 3y ਦੇ ਨਾਲ ਮੈਂ ਜਮਾ y ਇਹ ਵਾਲਾ ਲਿਖ ਦਿੱਤਾ ਕਟਾ Z ਦੇ ਨਾਲ ਮੈਂ ਕਟਾ 4Z ਐਵਡਾ ਲਿਖ ਦਿੱਤਾ ਹੁਣ 7 ਤੋਂ 4 7 ਤੋਂ 4 ਗਿਆ 3 103XY ਹੋ ਗਿਆ 4 1 5 105X ਹੋ ਗਿਆ 3 ਔਰ 1 4 104Y ਹੋ ਗਿਆ ਕਟਾ 1 ਤੇ ਕਟਾ 4 ਕਟਾ 5 ਸੋ ਕਟਾ 5Z ਹੋ ਗਿਆ ਇਹ ਸਾਡਾ ਆ ਗਿਆ ਜਵਾਬ ਅੱਗੇ ਚਲੀਏ ਪੰਜਵਾਂ ਸਵਾਲ ਸੋ ਤਿੰਨ ਵਿਅੰਜਕ ਆਗੇ ਨੇ ਪਹਿਲੇ ਦੋ ਨੂੰ ਜੋੜਨਾ ਹੈ ਤੇ ਤੀਜੇ ਨੂੰ ਜੋੜ ਚੋਂ ਘਟਾਉਣਾ ਸੋ ਇਹਨਾਂ ਨੂੰ ਇਦਾਂ ਲਿਖ ਲਿਆ ਬੱਚਿਓ ਪਹਿਲੇ ਇਹਨੂੰ ਨਜਿੱਠਾਂਗੇ ਇਹਨੂੰ ਇੱਥੇ ਦਾ ਕਿੱਥੇ ਜੇ ਰਹਿਣ ਦਿੰਦੇ ਆ ਜਿਹੜਾ ਠੀਕ ਹੈ ਸੋ ਇਹ ਜਿਹੜੇ ਬ੍ਰੈਕਟ ਖੋਲਿਆ ਇਦਾਂ ਨਾਲ ਜਿੱਦੇ ਸਿਰ ਬ੍ਰੈਕਟ ਖੋਲੇ ਸਾਰੀਆਂ ਸਾਰੇ ਪਾਦ ਦੇ ਲਿਖ ਦੇਣੇ ਨੇ ਹੁਣ ਅਸੀਂ ਇਹਨਾਂ ਨੂੰ ਸਮਾਨ ਪਾਦਾਂ ਨੂੰ ਇਕੱਠੇ ਕਰਨਾ ਹੈ 0.3xy ਤੇ ਜਮਾ 0.4xy 0.2yz 0.0yz ਤੇ ਜਮਾ 0.3zx ਇਹ ਦਾ ਸਾਥ ਹੀ ਹੈ ਨਹੀਂ ਦੋਨੋਂ ਕੱਲੇ ਕੱਲੇ ਨੇ ਠੀਕ ਹੈ ਸੋ ਇਹ ਇਹ ਜੁੜੇਗਾ ਕੱਲਾ 0.3 ਤੇ 0.4 ਕਿੰਨਾ ਹੋ ਗਿਆ 0.7xy ਜਮਾ 0.2 YZ ਜਮਾ 0.10 ZX ਤੇ ਇੱਥੇ ਜਿਹਨੇ ਬ੍ਰੈਕਟ ਖੋਲਿਆ ਇਹ 0.2 XY 0.2 XY ਹੋ ਜਾਏਗਾ ਇਹ ਜਮਾ ਹੈਗਾ ਤੇ ਇਹ ਕਟਾ 0.2 YZ ਹੋ ਜਾਏਗਾ ਹੁਣ 0.7 XY ਤੇ ਇੱਥੇ ਵੀ 0.2 XY ਐਦੇ ਨਾਲ ਕਰ ਦਿੱਤਾ XY XY ਸਮਾਨ ਪਦਾਂ ਨੂੰ ਇਕੱਠੇ ਕਰ ਦਿੱਤਾ ਹੈ ਕਰਨਾ ਹੈ ਜਮਾ 0.2 YZ ਤੇ ਸਾਡਾ ਹੋ ਜਾਏਗਾ 0.2 YZ 2 0. 2yz 0.3zx ਇਕੱਲਾ ਹੈ ਠੀਕ ਹੈ ਸੋ 0.7 ਜੋ 0.2 ਹੋ ਗਿਆ ਕਿੰਨਾ ਦਾ 0.5 ਸੋ 0.5xy 0.2 ਜੋ 0.2 ਹੋ ਗਿਆ 0 ਆਵ ਇਹਦੇ ਨਾਲ ਇਹ कट ਗਿਆ ਸੋ ਇਹਦਾ ਕੋਈ ਮੁੱਲ ਨਹੀਂ ਰਹਿ ਗਿਆ ਤੇ ਇਕੱਲਾ ਰਹਿ ਗਿਆ ਜਮਾ 0.3zx ਸੋ ਇਹ ਸਾਡਾ ਜਵਾਬ ਆ ਗਿਆ 0.5xy 0.3zx ਹੁਣ ਆਖਰੀ ਪਾਗ ਦੇਖੀਏ ਆਖਰੀ ਪਾਗ ਹੈਗਾ ਇਹ ਬਿਲਕੁਲ ਤਿੰਨ ਵਿਅੰਜਕ ਨੇ ਤੇ ਪਹਿਲੇ ਦੋ ਜੋੜਨੇ ਨੇ ਤੇ ਜੋੜ ਵਿੱਚੋਂ ਤੀਜੇ ਨੂੰ ਘਟਾਉਣਾ ਹੈ ਠੀਕ ਹੈ ਸੋ ਇਦਾਂ ਲਿਖ ਲਿਆ ਬੱਚਿਓ ਬ੍ਰੈਕਟ ਪਾਏ ਜਮਾ ਦਾ ਨਿਸ਼ਾਨ ਪਾਇਆ ਇੱਥੇ ਘਟਾ ਦਾ ਨਿਸ਼ਾਨ ਪਾਇਆ ਬ੍ਰੈਕਟ ਖੋਲੇ ਇੱਥੇ ਕੋਈ ਫਰਕ ਨਹੀਂ ਪੈਣਾ ਕੋਈ ਚਿੰਨ ਨਹੀਂ ਬਦਲਨੇ ਕਿਉਂਕਿ ਇੱਥੇ ਜਮਾ ਦਾ ਨਿਸ਼ਾਨ ਹੈ ਇਦਾਂ ਦੇ ਇਦਾਂ ਲਿਖ ਲਿਆ ਹੁਣ ਅਸੀਂ ਸਮਾਨ ਪਦਾਂ ਨੂੰ ਇਕੱਠੇ ਕਰਨਾ ਹੈ 0.4xyz xyz ਕਿਤੇ ਹੈਗਾ ਦੇਖੋ ਹੈਗਾ ਸੋ 0.7xyz ਨੂੰ ਇੱਥੇ ਲਿਖ ਲਿਆ ਫਿਰ 0.10xy2 ਲਿਖਿਆ ਤੇ ਇੱਥੇ xy ਵਰਗ ਹੈਗਾ ਹੈ ਵੱਖਰੇ ਵੱਖਰੇ ਦੇਖੋ ਇੱਥੇ xy ਵਰਗੇ ਇੱਥੇ ਆਪਣਾ ਹਾਂ ਇੱਥੇ ਵੀ xy ਵਰਗ ਹੈ ਇਹ ਵੀ xy ਵਰਗ ਹੈ ਇਹ ਵੀ xy ਵਰਗਾ ਹੈ ਸੋ 0.10xy ਵਰਗ ਜਮਾਂ 0.2xy ਵਰਗ ਸਮਾਨ ਪਦਮੇ ਸੋ 0.4 ਜਮਾਂ 0.7 ਕਿੰਨਾ ਹੋ ਗਿਆ 1.1 ਸੋ ਇਹ ਹੋ ਗਿਆ 1.1xyz ਤੇ 0.10 ਤੇ 0.2 ਕਿੰਨਾ ਹੋ ਗਿਆ 0.5 ਸੋ ਆ ਗਿਆ 0.5xy ਵਰਗ ਇਹ ਬ੍ਰੈਕਟ ਜਿਹੜੇ ਖੋਲਿਆ ਤੇ ਘਟਾ xyz ਹੋ ਗਿਆ ਤਿਆ ਜਮਾਇਆ ਤੇ ਘਟਾ 0.4 xy ਵਰਗ ਹੋ ਗਿਆ ਹੁਣ ਫਿਰ ਅਸੀਂ ਇਹਨਾਂ ਨੂੰ ਇਕੱਠੇ ਕੀਤਾ ਇਹ ਸਮਾਨ ਪਦਾਂ ਨੂੰ ਇਕੱਠੇ ਕਰਾਂਗੇ 1.1 xyz ਤੇ ਆ ਵੀ xyz ਹੈਗਾ ਸੋ ਘਟਾ xyz 0.5 xy ਵਰਗ ਹੈ ਵੀ xy ਵਰਗ ਹੈਗਾ ਘਟਾ 0.4 xy ਵਰਗ 1.1 ਚੋਂ 1 ਗਿਆ 0.1 ਬਚਿਆ ਸੋ 0.1 xyz ਇਹ ਬਚਿਆ 1 ਨਹੀਂ ਹੈਗਾ 0.1 ਹੈਗਾ ਤੇ ਇਹਨੂੰ ਹਟਾ ਨਹੀਂ ਸਕਦੇ ਆਪਾਂ ਅਸੀਂ ਤਾਂ ਹੀ ਹਟਾ ਸਕਦੇ ਹਾਂ ਜੇ 1 ਹੋਵੇ ਜਾਂ 1.0 ਹੋਵੇ ਸੋ 0.1 ਆ ਗਿਆ ਗੁਣਾਕ ਠੀਕ ਹੈ x y z ਹੋ ਗਿਆ ਤੇ 0.5 ਚੋਂ 0.4 ਗਿਆ ਫੇਰ 0.1 ਆਇਆ ਸੋ ਜਮਾ 0.xy ਵਰਗ ਇਹ ਸਾਡਾ ਆ ਗਿਆ ਜਵਾਬ ਸੋ ਬੜੇ ਵਧੀਆ ਸਵਾਲ ਸੀ ਬੱਚਿਓ ਮੈਂ ਕਹਾਂ 6 7 8 ਇਹ ਤੁਸੀਂ ਸਵਾਲ ਕਰੋਗੇ ਤੇ 6 6 ਭਾਗ ਨੇ 6 3 18 ਜਿਸ ਸਾਰੇ ਸਵਾਲਾਂ ਨੂੰ ਤੁਸੀਂ ਰੀਜ ਨਾਲ ਕਰ ਲੋਗੇ ਤੇ ਮੈਂ ਕਹਿੰਦਾ ਗਣਿਤ ਜਿਹੜਾ ਬੀਜ ਗਣਿਤਿਕ ਦੇ ਪ੍ਰਤੀ ਤੁਹਾਡੇ ਮਨ 'ਚ ਥੋੜਾ ਡਰ ਬੈਠਾ ਹੋਇਆ ਹੈ ਤੇ ਇਹਨਾਂ ਤੁਹਾਡਾ ਜਮਾਂ ਕਟਾ ਕਰਨ ਦਾ ਤੇ ਸਮਾਨ ਪਦਾਂ ਨੂੰ ਇਕੱਠੇ ਨਾਲ ਰੱਖਣ ਦਾ ਉਹਦਾ ਵਰਗੀਕਰਨ ਅਮਲ ਕਿ ਉਹਨੂੰ ਜਿਹੜੂ ਕਹਿੰਦੇ ਰੀ ਗਰੂਪਿੰਗ ਕਹਿੰਦੇ ਨੇ ਹਨਾ ਮੁੜ ਵਰਗੀਕਰਨ ਕਰਨ ਦਾ ਜਿਹੜਾ ਹੈਗਾ ਉਹ ਤੁਹਾਡਾ ਅਭਿਆਸ ਬੜਾ ਪੱਕਾ ਹੋ ਜਾਏਗਾ ਸੋ ਤੁਸੀਂ ਇਹਨਾਂ ਸਵਾਲਾਂ ਨੂੰ ਬੜੀ ਰੀਜ ਦੇ ਨਾਲ ਆਪਣੇ ਮਨ ਮਾਰ ਕੇ ਤੁਸੀਂ ਜ਼ਰੂਰ ਕਰਨਾ ਤੇ ਫਿਰ ਦੇਖੋ ਤੁਹਾਡਾ ਆਤਮ ਵਿਸ਼ਵਾਸ ਜਿਹੜਾ ਹੈ ਉਹ ਬੜਾ ਮਜ਼ਬੂਤ ਹੋ ਜਾਏਗਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰਬਰਦਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ